ਝਾਰਨਾ ਵਧੀਆ ਪਈਆਂ ਵੋਟਾਂ ਜੀ। ਪਾਉਣ ਦਾ ਸਿਲਸਿਲਾ ਜਿਉਂ ਜਿਉਂ ਅੱਜ ਦੇਰ ਸ਼ਾਮ ਹੋ ਰਹੀ ਹੈ, ਉਸਨੂੰ ਲੈ ਕੇ ਮੌਸਮ ਠੰਡਾ ਹੋ ਰਿਹਾ, ਉਸਨੂੰ ਲੈ ਕੇ ਜਿਹੜੀਆਂ ਲਾਈਨਾਂ ਉਹ ਲੱਗੀਆਂ ਹੋਈਆਂ ਹਨ। ਮੈਂ ਕੈਮਰਾ ਮੈਨੂੰ ਕਹਾਂ ਇੱਕ ਵਾਰ ਤਸਵੀਰਾਂ 'ਚ ਦਿਖਾਵੇ, ਅਸੀਂ ਖੜ੍ਹੇ ਹਾਂ ਤਲਵੰਡੀ ਸਾਬੋ, ਕਿ ਕਿਸ ਤਰ੍ਹਾਂ ਜਿਹੜੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਔਰ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਲੰਬੀਆਂ ਲੰਬੀਆਂ ਲਾਈਨਾਂ ਛੱਡ ਦੇਖ ਰਹੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਅਸੀਂ ਮੌਜੂਦ ਹਾਂ ਤਲਵੰਡੀ ਸਾਬੋ ਤੋਂ 130 ਨੰਬਰ ਬੂਥ 'ਤੇ, ਜਿੱਥੇ ਕਿ ਲੋਕ ਦੇਰ ਸ਼ਾਮ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਉਹ ਬਾਹਰ ਵੋਟਾਂ ਪਾਉਣ ਜਿਹੜੇ ਆਏ ਹੋਏ ਨੇ, ਅਤੇ ਕਿਤੇ ਨਾ ਕਿਤੇ ਮੌਸਮ ਹੈ ਜਿਹੜਾ ਉਹ ਠੰਡਾ ਹੋ ਗਿਆ, ਕਿਣੀਆਂ ਕਿਣਵਿਣਾਂ ਜਿਹੜੀ ਹੋ ਰਹੀ ਹੈ, ਅਤੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਵੋਟ ਪਾਉਣ ਆਏ ਨੇ, ਅਤੇ ਜੋ ਵੋਟਰ ਨੇ ਉਹਨਾਂ ਦੇ ਵਿੱਚ ਹੋਣਾ ਜਿਹੜਾ ਉਹ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ। ਆਪਾਂ ਗੱਲਬਾਤ ਕਰਾਂਗੇ ਕਿਸੇ ਵੋਟਰ ਨਾਲ, ਕੀ ਕਹਿਣਾ ਚਾਹੁੰਦੇ ਹੈ। ਹਾਂਜੀ ਭੈਣੇ, ਕੀ ਨਾਂ ਹੈ ਤੁਹਾਡਾ? ਕੀ ਨਾਂ ਹੈ ਤੁਹਾਡਾ? ਛੱਡ ਦੇ ਤੁਸੀਂ ਦੱਸਦੇ ਤੁਸੀਂ ਭੈਣੇ ਕੀ ਨਾਂ ਹੈ, ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਸੀਂ ਸ਼ਾਮ ਹੋ ਗਈ, ਦੇਖੋ ਟਾਈਮ 15 ਕੁ ਮਿੰਟ ਰਹਿ ਗਿਆ ਵੋਟਾਂ ਪਾਉਣ ਆਇਓ, ਕਿਸ ਤਰ੍ਹਾਂ ਕਿਉਂ ਮਤਲਬ? ਹਾਂ, ਅਤੇ ਹੁਣ ਮੌਸਮ ਠੰਡਾ ਹੋ ਗਿਆ ਤਲਵੰਡੀ ਸਾਹਿਬ, ਅਤੇ ਹੁਣ ਕਿੰਨੀ ਕੁ ਗਿਣਤੀ ਹੈ ਤੁਹਾਡੇ ਪਿੱਛੇ ਜੇ ਆਪਾਂ ਨਿਗਾਹ ਮਾਰੀਏ? ਬਹੁਤ ਜ਼ਿਆਦਾ ਜੀ। ਅੱਛਾ, ਅਤੇ ਉਤਸ਼ਾਹ ਹੈ ਹੁਣ ਵੋਟਾਂ 'ਚ? ਵੋਟਾਂ ਪਾਉਣ ਵਾਲਿਆਂ ਦਾ ਉਤਸ਼ਾਹ ਹੈ ਹੁਣ? ਬਿਲਕੁਲ, ਇਹ ਸਨ ਵੋਟਰ ਜਿਨ੍ਹਾਂ ਨੇ ਦੱਸਿਆ ਕਿ ਮੌਸਮ ਹੈ ਜਿਹੜਾ ਉਹ ਬਿਲਕੁਲ ਠੰਡਾ ਹੋ ਰਿਹਾ, ਇਹ ਵੋਟਾਂ ਪਾਉਣ ਦੇ ਵਿੱਚ ਲੋਕਾਂ ਦਾ ਜਿਹੜਾ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਕਿਸ ਤਰ੍ਹਾਂ ਲੋਕ ਵੋਟਾਂ ਪਾਉਣ ਦੇ ਲਈ ਆ ਰਹੇ ਨੇ। ਬੇਸ਼ੱਕ ਟਾਈਮ ਹੈ ਜਿਹੜਾ ਉਹ 15 ਕੁ ਮਿੰਟਾਂ ਦਾ ਟਾਈਮ ਹੈ ਜਿਹੜਾ ਉਹ 15 ਕੁ ਮਿੰਟਾਂ ਦਾ ਟਾਈਮ ਹੈ ਜਿਹੜਾ ਹੋਵੇਗਾ, ਅਤੇ ਵੋਟਰਾਂ ਦੇ ਵਿੱਚ ਕਾਫੀ ਹੈ ਜਿਹੜਾ ਉਹ ਉਤਸ਼ਾਹ ਪਾਇਆ ਹੋਇਆ ਹੈ, ਅਤੇ ਆਪਣੀ ਵੋਟ ਨੂੰ ਪਾਉਣ ਦੇ ਲਈ ਉਹ ਖੜ੍ਹੇ ਹੋਏ ਪਏ ਨੇ, ਕਿਉਂਕਿ ਮੌਸਮ ਹੈ ਜਿਹੜਾ ਉਹ ਠੰਡਾ। ਮੈਂ ਕੈਮਰਾ ਨੂੰ ਕਿ ਇੱਕ ਵਾਰੀ ਤਸਵੀਰਾਂ ਦੇ ਵਿੱਚ ਦਿਖਾਓ ਕਿਸ ਤਰ੍ਹਾਂ ਦਾ ਮੌਸਮ ਠੰਡਾ ਹੋ ਗਿਆ, ਔਰ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ, ਅਤੇ ਇਸ ਨੂੰ ਲੈ ਕੇ ਹੀ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਿਤੇ ਨਾ ਕਿਤੇ ਟਾਈਮ ਹੈ ਜਿਹੜਾ ਉਹ 15 ਮਿੰਟ ਰਹਿ ਗਏ ਨੇ, 15 ਮਿੰਟ ਰਹਿੰਦੇ ਹੀ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ, ਵੱਡੀਆਂ ਵੱਡੀਆਂ ਲਾਈਨਾਂ ਤਲਵੰਡੀ ਸਾਬੋ ਦੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵੋਟਰਾਂ ਦੇ ਵਿੱਚ ਉਤਸ਼ਾਹ ਪਾਇਆ ਹੈ, ਅਤੇ ਜਿਉਂ ਹੀ ਅੱਜ ਗਰਮੀ ਦਾ ਜਿਹੜਾ ਪ੍ਰਕੋਪ ਘਟਿਆ, ਅਤੇ ਉਸ ਨੂੰ ਲੈ ਕੇ ਹੀ ਜਿਹੜੇ ਵੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ। ਹਾਂਜੀ, ਕੀ ਨਾਂ ਤੁਹਾਡਾ? ਰਣਦੀਪ ਸਿੰਘ ਕੋਕਾ ਜੀ। ਰਣਦੀਪ ਸਿੰਘ, ਕੀ ਕਹਿਣਾ ਚਾਹੁੰਦਾ? ਦੇਖੋ ਹੁਣ ਸ਼ਾਮ ਜੇ ਆ ਗਈ, ਹਨੇਰੀ ਵੀ ਆ ਗਈ, ਕਿਹੋ ਜਿਹਾ ਮੌਸਮ ਆ ਗਿਆ, ਅਤੇ ਕਿੰਨੇ ਕੁ ਵੋਟ ਆ ਰਹੇ ਹੁਣ? ਮੌਸਮ ਬਹੁਤ ਵਧੀਆ ਸਹਾਰਾ ਹੋ ਗਿਆ ਜੀ, ਕਣੀਆਂ ਪੈ ਗਈਆਂ ਜੀ, ਅਤੇ ਵੋਟਰ ਹੁਣ 4 ਵਜੇ ਤੋਂ ਬਾਅਦ ਨਿਕਲ ਕੇ ਆਪਣੇ ਘਰਾਂ ਤੋਂ ਵੋਟਰ ਦਾ ਆਪਣਾ ਇਸਤੇਮਾਲ ਕਰਨ ਆਏ ਆ। ਹਾਂ, ਕਿੱਥੇ ਖੜੇ ਹੋ ਤੁਸੀਂ? ਮੈਂ ਹੁਣ ਗੁਰਕਸ਼ ਕਾਲਜ ਤਲਵੰਡੀ ਸਾਬੋ ਵਿਖੇ ਖੜਾ ਜੀ। ਉਤਸ਼ਾਹ ਹੈ ਹੁਣ ਵੋਟਰਾਂ? ਹਾਂ, ਪੂਰਾ ਤਾਜ਼ ਜੀ, ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਜੀ। ਅਸੀਂ ਕਹਿਣਾ ਚਾਹੁੰਦੇ ਵੀ ਮੀਂਹ ਢੇਰੀ ਆ ਗਈ, ਠੰਡ ਹੋ ਗਈ, ਹੁਣ ਲੋਕ ਵੋਟ ਪਾਉਣ ਆਏ ਆ ਜੀ। ਕਿੰਨਾ ਕੁ ਰਸ਼ ਹੈ ਵੋਟਾਂ ਪਾਉਣ? ਅੰਦਰ ਬਹੁਤ ਰਸ਼ ਆ ਜੀ। ਪਾਈ ਜਾਂਦੇ ਆ? ਹਾਂ, ਪਾਈ ਜਾਂਦੇ ਜੀ। ਅਤੇ ਹੋਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਅੰਦਰ ਬੈਠੇ ਆ? ਵੀ ਵੋਟਾਂ ਪੈ ਜਾਣ ਜੀ, ਸਾਰੀਆਂ ਭੁੱਖ ਜਾਣ ਵੋਟਾਂ। ਹਾਂ, ਹੌਸਲਾ।